ਅਸੀਂ ਮਸ਼ੀਨਾਂ ਜਿਹੜੀਆਂ ਨੇ ਉਹ ਤੁਹਾਡੀਆਂ ਦੋ ਸਾਡੇ ਡਨ ਹੋ ਗਈਆਂ, ਇਹ ਕੁਛ ਮੈਡੀਸਨ ਵਾਸਤੇ, ਚਾਹੇ ਇੱਕ ਛੋਟਾ ਜਿਹਾ ਹਕੀਰ ਜੇ ਸੈਂਤ ਹਜ਼ਾਰ ਨੇ, ਲੇਕਿਨ ਇਹ ਕਿ ਇਨਸ਼ਾਅੱਲਾ ਇਹ ਤੁਸੀਂ ਮਸ਼ੀਨਾਂ ਜਿਹੜੀਆਂ ਸਾਡਾ ਜੀ, ਸਾਡਾ ਇਹ ਮਕਸਦ ਨਹੀਂ ਹੈ ਕੁਛ ਵੀ ਨਹੀਂ, ਮੈਂ ਬੇਟਾ ਹਾਂ ਤੁਹਾਡਾ, ਲੇਕਿਨ ਇਹ ਵੇ ਕਿ ਮਸ਼ੀਨਾਂ ਜਿਹੜੀਆਂ ਨੇ ਦੋ ਤੁਹਾਡੀਆਂ ਡਨ ਹੋ ਗਈਆਂ ਇਨਸ਼ਾਅੱਲਾ, ਤੇ ਤੁਹਾਡੇ ਬੇਟੇ ਦਾ ਪ੍ਰੋਮਿਸ ਤੁਹਾਡੇ ਨਾਲ ਹੈ, ਉਹ ਤੁਹਾਨੂੰ ਮੈਂ ਲੈ ਕੇ ਜਾਊਂਗਾ। ਉਤਰਨ ਦੇ ਦੀ ਤੂੰ ਪਹਿਨ ਲਈਏ, ਕੋਈ ਬਾਤ ਨਹੀਂ, ਲੱਡੇ ਕੇ ਜਾ ਕੇ ਸ਼ੂਜ਼ ਲਿਆ ਤਾਂ ਕੋਈ ਬਾਤ ਨਹੀਂ, ਫਕਰ ਤੇ ਬਤਾਤੀ ਮੈਨੇ 20 ਰੁਪਏ ਕਾ ਪਰਸ ਲਿਆ, ਕੋਈ ਬਾਤ ਨਹੀਂ। ਲੇਕਿਨ ਸਭ ਸੇ ਬੜਾ ਦੁੱਖ ਇਹ ਹੈ ਕਿ ਇੱਕ ਮਾਂ ਕੇ ਲਈ ਵੋ ਸਭ ਕੁਛ, ਐਸੀ ਵੀ ਮਾਇਆ ਜੋ ਆਪਣਾ ਆਪ ਵੀ ਵੇਚ ਦਿੱਤੇ, ਲੇਕਿਨ ਔਲਾਦ ਕੀ ਤਕਲੀਫ ਨਹੀਂ ਦੇਖੀ ਜਾਤੀ। ਮੇਰੇ ਦੋ ਜਵਾਨ ਬੇਟੇ ਦੋਨੋਂ ਦਿਨ ਹੀ ਮਰੀਜ਼ ਹੈ, ਉਨਕਾ ਇਲਾਜ ਇਤਨਾ ਮਹਿੰਗਾ, ਇਤਨੀ ਪਰੇਸ਼ਾਨੀ ਹੈ ਮੁਝੇ, ਮੇਰਾ ਵੀ ਇਲਾਜ ਮਹਿੰਗਾ, ਇਤਨੀ ਮਹਿੰਗੀ ਦਵਾਈਆਂ ਸ਼ੂਗਰ ਕੀ, ਹਾਰਟ ਕੀ, ਉਨਕੇ ਉਨਕੀ ਜ਼ਿਆਦਾ ਤਕਲੀਫ ਹੈ, ਉਨਕੀ ਵਜ੍ਹਾ ਸੇ ਮੈਂ ਖੁਦ ਬਹੁਤ ਜ਼ਿਆਦਾ ਬਿਮਾਰ ਹੋ ਗਈ, ਕਿ ਆਜ ਤੋ ਮੇਰਾ ਦਮ ਹੈ, ਕੱਲ ਵੀ ਅੱਲਾ ਵਾਰਿਸ ਹੈ, ਬਸ ਇੰਨੀ ਕੀ ਪਰੇਸ਼ਾਨੀ ਹੈ। ਤੋ ਅੱਛਾ ਜੀ, ਤੇ ਤੁਸੀਂ ਅੱਜ ਤੋਂ ਬਾਅਦ ਰੋਣਾ ਨਹੀਂ ਇਨਸ਼ਾਅੱਲਾ, ਮੈਂ ਤੁਹਾਡੇ ਪੇਟ ਚੋਂ ਪੈਦਾ ਤਾਂ ਨਹੀਂ ਹੋਇਆ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਬੇਟਾ ਹੋਣ ਦਾ ਸਬੂਤ, ਮੇਰੀ ਕੋਸ਼ਿਸ਼ ਹੋ ਤੇ ਕੋਈ ਕਮੀ ਕੁਤਾਈ ਰਹਿ ਜਾਵੇ ਤਾਂ ਮੈਂ ਮਾਫ ਕਰ ਦੇਣਾ। ਆਪਕਾ ਇਤਨਾ ਇਹਸਾਨ ਹੈ, ਇਤਨੀ ਦੂਰ ਸੇ ਚਲ ਕੇ ਮੇਰੇ ਪਾਸ ਆਏ। ਨਹੀਂ, ਮੈਂ ਬੇਟਾ ਤੁਹਾਡਾ, ਜਿਵੇਂ ਵਾਲਦਾ ਦੀ ਜਗ੍ਹਾ ਹੋ, ਮਾਂ ਦੀ ਜਗ੍ਹਾ ਹੋ, ਪਾਕਿਸਤਾਨ ਦੀ ਸਕਾਫਤ ਦੀ ਨੁਮਾਇੰਦਗੀ ਕੀਤੀ, ਅਜੋਕਾ ਥੀਏਟਰ ਨਾਲ ਬਹੁਤ ਹੀ ਕੰਮ ਕੀਤਾ, ਪਾਕਿਸਤਾਨ ਦਾ ਤਕਰੀਬਨ ਹਰ ਸੂਬੇ ਸਟਾਫ ਨਾਲ 6 ਕਰੈਕਟਰ ਕੀਤੇ। ਆਪਾਂ ਸਮੀਨਾ ਨਾਲ ਜਦੋਂ ਵੀ ਮੇਰੀ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਹਮੇਸ਼ਾ ਮੈਨੂੰ ਇਹ ਦੱਸਿਆ ਕਿ ਮੈਂ ਬਹੁਤ ਹੈਪੀ ਹਾਂ ਤੇ ਬੜਾ ਅੱਛਾ ਟਾਈਮ ਗੁਜ਼ਰ ਰਿਹਾ, ਬੜੀ ਅੱਛੀ ਲਾਈਫ ਗੁਜ਼ਰ ਰਹੀ ਹੈ। ਲੇਕਿਨ ਕੁਛ ਦੋਸਤ ਅਹਿਬਾਬ ਦੀ ਇਨਫੈਕਟ ਨਾਲ ਮੈਨੂੰ ਪਤਾ ਚੱਲਿਆ ਕਿ ਹਾਲਾਤ ਜਿੰਨੇ ਅੱਛੇ ਦੱਸ ਰਹੇ ਨੇ ਉਨੇ ਅੱਛੇ ਹੈ ਨਹੀਂ, ਲਿਹਾਜ਼ਾ ਮੈਂ ਆਪਾਂ ਕੋਲ ਆਉਣ ਦਾ ਫੈਸਲਾ ਕੀਤਾ ਔਰ ਅੱਜ ਮੈਂ ਆਇਆ। ਔਰ ਅੱਜ ਉਹਨਾਂ ਨੂੰ ਮੈਂ ਕਿਹਾ ਕਿ ਜਿਹੜੀ ਸੱਚੀ ਗੱਲ ਹੈ ਉਹ ਦੱਸੋ, ਸਾਨੂੰ ਝੂਠੀਆਂ ਤਸੱਲੀਆਂ ਨਾ ਦਿਓ, ਕਿਉਂਕਿ ਮੈਂ ਘਰ ਆਇਆ ਤੇ ਮੈਨੂੰ ਆ ਕੇ ਪਤਾ ਤਾਂ ਚੱਲ ਹੀ ਗਿਆ ਕਿ ਕਿੰਨੀ ਕੁ ਹੈਪੀ ਜ਼ਿੰਦਗੀ ਗੁਜ਼ਾਰ ਰਹੇ ਨੇ। ਲੇਕਿਨ ਮੈਂ ਚਾਹੁੰਦਾ ਕਿ ਉਹਨਾਂ ਨਾਲ ਗੱਲ ਕਰਾਂ ਔਰ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਜੋ ਸੱਚ ਹੈ ਤੁਸੀਂ ਉਹ ਦੱਸਣਾ, ਕੋਈ ਗੱਲ ਨਹੀਂ, ਵਕਤ ਜਿਹੜਾ ਹੈ ਉਹ ਇਨਸਾਨ ਨਾਲ, ਲੇਕਿਨ ਇਹਨਾਂ ਦੀ ਅਜ਼ਮਤ ਔਰ ਇਹਨਾਂ ਦੀ ਖੁਦਦਾਰੀ ਨੂੰ ਮੈਂ ਸਲੂਟ ਕਰਨਾ ਔਰ ਮੈਂ ਸਲਾਮ ਪੇਸ਼ ਕਰਨਾ ਕਿ ਇਹਨਾਂ ਨੇ ਹਮੇਸ਼ਾ ਜਿਹੜਾ ਆਪਣੇ ਆਪ ਨੂੰ ਖੁਦਦਾਰੀ ਨਾਲ ਉਹ ਕਾਇਮ ਰੱਖਿਆ ਤੇ ਕਿਸੇ ਨੂੰ ਕਦੀ ਵੀ ਕੋਈ ਰਿਕੁਐਸਟ ਨਹੀਂ ਕੀਤੀ, ਕਦੀ ਕੋਈ ਇਲਤਜਾ ਨਹੀਂ ਕੀਤੀ। ਲੇਕਿਨ ਮੈਂ ਸਈਅਤ ਇਨਸਾਨ, ਮੇਰਾ ਫਰਜ਼ ਬਣਦਾ ਹੈ ਮੈਂ ਸਈਅਤ ਜੂਨੀਅਰ ਤੇ ਮੈਂ ਪਤਾ ਕਰਾਂ ਜਿਹੜੇ ਮੇਰੇ ਸੀਨੀਅਰਸ ਨੇ ਉਹ ਜ਼ਿੰਦਗੀ ਕੈਸੀ ਗੁਜ਼ਾਰ ਰਹੇ ਨੇ। ਲੇਕਿਨ ਜਦੋਂ ਮੈਨੂੰ ਪਤਾ ਚੱਲਿਆ ਕਿ ਜ਼ਿੰਦਗੀ ਡਗਰ ਤੋਂ ਬਹੁਤ ਹਟ ਕੇ ਔਰ ਬੜੀ ਮੁਫਲਿਸ ਚ ਗੁਜ਼ਰ ਰਹੀ ਹੈ ਤੇ ਫਿਰ ਮੈਂ ਆਉਣ ਦਾ ਫੈਸਲਾ ਕੀਤਾ, ਉਹ ਅੱਜ ਮੈਂ ਗੱਲ ਕਰਨੇ ਆ। ਅਸਲਾਮ ਵਾਲੇਕੁਮ ਜੀ।